ਵਿਸਟਾ ਗੱਡੀ ਸੀਗੀ ਵਾਈਟ ਕਲਰ ਦੀ, ਉਹਨੇ ਇੱਕਦਮ ਕੱਟ ਮਾਰਿਆ, ਸ਼ਾਇਦ ਉਹ ਗੱਡੀ ਆਊਟ ਆਫ ਕੰਟਰੋਲ ਹੋ ਗਈ ਸੀਗੀ, ਉਹਦੀ ਬੈਕ ਸਾਈਡ 'ਤੇ ਸਾਡੀ ਗੱਡੀ ਵੱਜੀ ਅਤੇ ਸਾਡੀ ਗੱਡੀ ਵੱਜਣ ਦੇ ਨਾਲ ਫੁੱਟਪਾਥ 'ਤੇ ਪੜ ਗਈ। ਅਸੀਂ ਮੋਗਾ ਤੋਂ ਜੰਮੂ ਜਾ ਰਹੇ ਸੀਗੇ ਅਤੇ ਵਿਸਟਾ ਗੱਡੀ ਸੀਗੀ ਵਾਈਟ ਕਲਰ ਦੀ, ਉਹਨੇ ਇੱਕਦਮ ਕੱਟ ਮਾਰਿਆ, ਸ਼ਾਇਦ ਉਹ ਗੱਡੀ ਆਊਟ ਆਫ ਕੰਟਰੋਲ ਹੋ ਗਈ ਸੀਗੀ, ਉਹਦੀ ਬੈਕ ਸਾਈਡ 'ਤੇ ਸਾਡੀ ਗੱਡੀ ਵੱਜੀ ਅਤੇ ਸਾਡੀ ਗੱਡੀ ਵੱਜਣ ਦੇ ਨਾਲ ਫੁੱਟਪਾਥ 'ਤੇ ਚੜ ਗਈ, ਉਹਦੇ ਨਾਲ ਟੇਢੀ ਹੋ ਗਈ, ਉਲਟੀ ਹੋ ਗਈ। ਜਿਸ ਤਰ੍ਹਾਂ ਤੁਸੀਂ ਦੱਸਿਆ ਇੰਡੀਕਾ ਵਿਸਟਾ ਕਾਰ ਸੀ, ਉਹਦੇ ਨਾਲ ਤੁਹਾਡੀ ਗੱਡੀ ਦੀ ਟੱਕਰ ਹੋਈ ਹੈ ਜਾਂ ਸਿਰਫ ਉਹਨੂੰ ਬਚਾਉਣ ਦੇ ਕਰਕੇ? ਨਹੀਂ, ਉਹਦੇ 'ਚ ਥੋੜ੍ਹੀ ਜਿਹੀ ਟੱਕਰ ਹੋਈ ਬੈਕ ਸਾਈਡ 'ਤੇ ਵੱਜੀ। ਗੱਡੀ ਵਾਲਾ ਉੱਥੇ ਰੁਕਿਆ? ਨਹੀਂ, ਉਹ ਭੱਜ ਗਿਆ ਜੀ, ਉਹ ਗੱਡੀ ਭਜਾ ਕੇ। ਪਰ ਤੁਹਾਨੂੰ ਮੌਕੇ 'ਤੇ ਜਿਸ ਤਰ੍ਹਾਂ ਪਤਾ ਲੱਗਿਆ ਕਿ ਤੁਹਾਡੇ ਨਾਲ ਜਿਹੜੇ ਸੁਨੇ ਅਮਿਤ ਜੀ, ਉਹਨਾਂ ਦੀ ਡੈਥ ਹੋ ਚੁੱਕੀ ਹੈ, ਉਹਦੇ ਕਾਰਨ ਕੀ, ਮਤਲਬ ਕਿਸ ਤਰ੍ਹਾਂ ਇੰਨਾ ਭਿਆਨਕ ਹਾਦਸਾ? ਇੱਦਾਂ ਸੀਗਾ, ਨਹੀਂ ਮੈਂ ਬੈਕ ਸਾਈਡ 'ਤੇ ਸੀਗਾ, ਉਹ ਲੜਕਾ ਜਿਹੜਾ ਗੁਰਪ੍ਰੀਤ ਹੈ ਉਹ ਚਲਾ ਰਿਹਾ ਸੀਗਾ, ਅਮਨ ਜੀ ਜਦੋਂ ਗੱਡੀ ਵੱਜੀ, ਅਮਨ ਜੀ ਦੀ ਸਾਈਡ ਤੋਂ ਹੀ ਵੱਜੀ, ਇਹ ਅੱਗੋਂ ਦੀ ਫਰੰਟ ਸ਼ੀਸ਼ੇ ਵਿੱਚ ਦੀ ਬਾਹਰ ਗਿਰ ਗਏ ਜੀ, ਬਾਹਰ ਗਿਰਨ ਕਰਕੇ ਸਿਰ ਵੱਜਿਆ, ਬਾਕੀ ਸਰ ਪਤਾ ਨਹੀਂ ਲੱਗਿਆ ਜੀ ਕੀ ਹੋਇਆ, ਇੱਕਦਮ ਗੱਡੀ ਸਾਰੀ ਉਲਟੀ ਹੋਈ। ਕੀ ਕੰਮ ਕੀ ਕਰਦੇ ਜੀ? ਵਾਟਰ ਫਿਲਟਰੇਸ਼ਨ ਦਾ ਅਤੇ ਸਰ ਸਾਡਾ ਟਾਵਰ ਦੀ ਓਪਰੇਸ਼ਨ ਮੇਨਟੇਨੈਂਸ ਦਾ ਕੰਮ। ਅਤੇ ਅੱਜ ਜਿਸ ਤਰ੍ਹਾਂ ਤੁਸੀਂ ਦੱਸਿਆ ਮੋਗਾ ਤੋਂ ਜੰਮੂ ਜਾ ਰਹੇ ਸੀ, ਕਿਸ ਗਾਰਡਨ ਜਾ ਰਹੇ ਸੀ? ਵਾਟਰ ਫਿਲਟਰ ਦੀ ਮੀਟਿੰਗ ਸੀ। ਸਰ ਮੈਂ ਨਾ ਆਪਣੇ ਸਰੋਚੀ ਮਿੱਟੀ ਵੱਲੋਂ ਆ ਰਿਹਾ ਸੀ ਸਰ, ਅਤੇ ਮੈਂ ਇੰਡੀਅਨ ਹਾਲ ਦੇ ਨਾਲ ਸਮਝ ਦੇਖਿਆ ਕਿ ਐਕਸੀਡੈਂਟ ਹੋ ਰਿਹਾ ਆ, ਅਤੇ ਮੈਂ ਐਕਸੀਡੈਂਟ ਦੇਖ ਕੇ ਮੈਂ ਰੁਕਿਆ ਜਲਦੀ ਜਲਦੀ, ਮੈਂ ਮਸੀਹ ਬਣਾਇਆ ਜੀ ਮੈਂ, ਅਤੇ ਮੈਂ ਐਕਸੀਡੈਂਟ ਦੇਖ ਕੇ ਮੇਰਾ ਮਨ 'ਚ ਇੱਕਦਮ ਡੈਥ ਪੈ ਗਈ, ਮੈਂ ਜਲਦੀ ਜਲਦੀ ਉਹ ਪੇਸ਼ੈਂਟ ਨੂੰ ਚੁੱਕਿਆ, ਪੇਸ਼ੈਂਟ ਚੁੱਕਿਆ ਅਤੇ ਮੈਂ ਉਹਨੂੰ ਲੈ ਕੇ ਨਾ ਜਲਦੀ ਬਦਲ ਗੱਡੀ ਆ ਰਹੀ ਸੀ, ਬਦਲ ਗੱਡੀ ਵਿੱਚ ਮੈਂ ਲੈ ਕੇ ਨਾ ਉਹਨਾਂ ਨੂੰ ਹੋਸਪਿਟਲ ਆ ਰਿਹਾ ਸੀ, ਉਹਦੇ ਵਿੱਚ ਨਾਲ ਹੀ ਲੜਕਾ ਮੇਰੇ ਨਾਲ ਚੜ ਗਿਆ, ਜਿਹਦੇ ਵਿੱਚ ਜਿਸ ਪੇਸ਼ੈਂਟ ਨੇ ਸੱਟ ਲੱਗੀ ਸੀ ਉਹਦੇ ਮੈਂ ਸੋਨਾ ਪਾਇਆ ਸੀ ਕਾਫੀ, ਉਹ ਚੈਨ ਚੁਣੇ ਲਾ ਕੇ ਦੌੜਨ ਲੱਗਾ, ਉਹਨੂੰ ਲਾ ਦੌੜਨ ਲੱਗਾ, ਮੈਂ ਜਲਦੀ ਉਹਨੂੰ ਫੜ ਕੇ ਨਾ ਪੁਲਿਸ ਵਾਲੇ ਹਵਾਲੇ ਕਰ ਦਿੱਤਾ ਆ, ਚੈਨ ਜੀ ਮੈਂ ਪੁਲਿਸ ਨੂੰ ਫੜਾ ਦਿੱਤੀ ਆ, ਅਤੇ ਮੈਂ ਪੇਸ਼ੈਂਟ ਨੂੰ ਐਡਮਿਟ ਕਰਾ ਦਿੱਤਾ ਆ, ਅਤੇ ਮੈਂ ਉਸ ਵੇਲੇ ਦਾ ਗਵਾਹ ਆਇਆ ਜੀ ਇਸ ਵੇਲੇ ਦਾ। ਜਮੀ ਜੀ, ਜਿਸ ਤਰ੍ਹਾਂ ਤੁਸੀਂ ਦੱਸਿਆ ਇਹ ਹਾਦਸਾ ਤੁਹਾਡੇ ਸਾਹਮਣੇ ਹੋਇਆ, ਹਾਦਸੇ ਦੀ ਕੁਛ ਵਜ੍ਹਾ ਪਤਾ ਲੱਗੀ ਵੀ ਇੰਨਾ ਭਿਆਨਕ ਹਾਦਸਾ ਕਿਸ ਤਰ੍ਹਾਂ? ਇਸ ਤਰ੍ਹਾਂ ਆਇਆ ਸੀ, ਉਹ ਤੋਂ ਆ ਰਹੀ ਸੀ ਨਾਲ ਗੱਡੀ, ਇੱਕ ਨਾ ਉਹਨਾਂ ਨੇ ਓਵਰਟੇਕ ਕੀਤਾ ਉਹਨਾਂ ਨੇ, ਅਤੇ ਇਹਨਾਂ ਨੇ ਗੱਡੀ ਸਮੇਂ, ਇਹਨਾਂ ਕੋਲ ਗੱਡੀ ਸਮਝ ਨਹੀਂ ਗਈ, ਮੈਂ ਗੱਡੀ ਸਮਝ ਨਹੀਂ ਕੀਤੀ, ਉਹ ਗੱਡੀ ਉਹਨੂੰ ਪਾਇਆ ਨਾ ਟੱਕ ਮਾਰਿਆ ਨਾ, ਗੱਡੀ ਪਲਟੀ ਹੋ ਗਈ, ਪਲਟੀ ਹੋਣ ਕਰਕੇ ਜਿਹੜੇ ਬਰਦਰ ਗੱਡੀ ਚਲਾ ਰਹੀ ਸੀ ਨਾ ਡੈਥ ਹੋਈ ਆ, ਉਹਨਾਂ ਨੇ ਬੈਲਟ ਨਹੀਂ ਲਾਈ ਸੀ, ਉਹਨਾਂ ਨੇ ਬੈਲਟ ਨਹੀਂ ਲਾਉਣ ਕਰਕੇ ਉਹ ਸਟੇਸ਼ਨ ਬਾਹਰ ਆ ਕੇ ਜਾ ਕੇ ਖੰਭੇ ਦੀ ਗੱਡੀ ਸਾਈਡ ਕਰਤੀ। ਤੁਸੀਂ ਜਿਸ ਤਰ੍ਹਾਂ ਦੱਸਿਆ ਕਿ ਇੱਕ ਲੜਕੇ ਦੀ ਮੌਕੇ 'ਤੇ ਡੈਥ ਵੀ ਹੋਈ ਹੈ, ਮੌਕੇ 'ਤੇ ਹੀ ਹੋ ਚੁੱਕੀ ਸੀ? ਇਸ ਮੈਂ ਲੈ ਕੇ ਆਇਆ ਥੋੜ੍ਹਾ ਜਿਹਾ, ਬਿਲਕੁਲ ਜਿਹੜੇ ਡੈਥ ਹੋ ਲੱਗੀ ਸੀ, ਥੋੜ੍ਹਾ ਸਾਹ ਪਿਆ ਸੀ, ਮੈਂ ਤਾਂ ਪਰਮੇਸ਼ਵਰ ਨੂੰ ਪ੍ਰਾਰਥਨਾ ਕੀਤੀ, ਪਰਮੇਸ਼ਵਰ ਨੂੰ ਲੈ ਕੇ ਜਾਵਾਂ ਜਲਦੀ ਜਲਦੀ, ਉਹਨੂੰ ਲੈ ਕੇ ਆਇਆ, ਲੇਕਿਨ ਹੁਣ ਦੱਸ ਰਹੇ ਕਿ ਉਸ ਪਿੰਡ 'ਚ ਉਹਨਾਂ ਡੈਥ ਹੋ ਗਈ। ਜਿਹੜੇ ਲੜਕੇ ਨੇ ਉਹਨਾਂ ਦੀ ਚੈਨ ਉਤਾਰੀ, ਉਹਨਾਂ ਦੀ ਕੋਈ ਪਹਿਚਾਣ ਹੋਈ? ਹਾਂ, ਮੈਂ ਸਰ ਫੜ ਲਿਆ, ਪੁਲਿਸ ਨੂੰ ਦੇਤਾ ਮੈਂ। ਉਹ ਵੀ ਲੜਕਾ ਤੁਸੀਂ ਪੁਲਿਸ ਨਾਲ ਹੈਂਡਓਵਰ ਕਰ ਚੁੱਕੇ? ਮੈਂ ਕਰ ਦਿੱਤਾ ਆ, ਮੈਂ ਚੈਨੀ ਵੀ ਪੁਲਿਸ ਨੂੰ ਫੜਾਤੀ ਆ ਸਰ, ਜਦੋਂ ਪਰਿਵਾਰ ਤੋਂ ਕੋਈ ਆਊਗਾ ਸਜੈਸ਼ਨ ਤਾਂ ਮੈਂ ਉਹ ਚੈਨੀ ਉਹਨਾਂ ਦੇ ਵੱਲੋਂ ਕਰੂੰਗਾ, ਉਹ ਲੜਕਾ ਮਾਰਟਰ ਨੂੰ ਫੜਾਤਾ, ਪੁਲਿਸ ਨਾਲ ਕਰ ਦਿੱਤਾ। ਸਿਰਫ ਚੈਨ ਹੀ ਮਿਲੀ ਉਹਨਾਂ ਕੋਲ? ਨਹੀਂ, ਹੋਰ ਇਹਨਾਂ ਦੇ ਜਿਹੜਾ ਕੜਾ ਪਾਇਆ ਸੀ, ਉਹਨਾਂ ਦਾ ਮੋਟਾ ਕਾਫੀ, ਉਹਨਾਂ ਦੇ ਉਹਨੇ ਹੱਥ ਵਿੱਚ ਪਾਇਆ ਸੀ ਸਰ, ਜੋ ਮੈਂ ਲੈ ਕੇ ਆਇਆ ਸੀ, ਅਤੇ ਇੱਕ ਮੁੰਡੀ ਸੀ ਉਹ ਵੀ ਸੁਣ ਕੇ ਉੱਥੇ ਪਾਈ ਹੋਈ ਸੀ, ਬਾਕੀ ਪੋਕਟ ਵਗੈਰਾ ਤੋਂ ਕੁਛ ਨਹੀਂ, ਮੈਂ ਬਸ ਇਹਨਾਂ ਜਲਦੀ ਫੋਨ ਚੁੱਕੇ, ਫੋਨ ਰਾਹੀਂ ਕਿਉਂਕਿ ਉਹਨਾਂ ਕੋਲ ਟਾਈਮ ਮਿਲ ਸਕਦਾ, ਮੇਰੇ ਪਰਿਵਾਰ ਦਾ, ਉਹਨਾਂ ਪਰਿਵਾਰ ਨੇ ਮੇਰੀ ਕਾਫੀ ਗੱਲ ਹੋਈ ਆ, ਮੈਂ ਆਪਣਾ ਸੈਲ ਨੰਬਰ ਲਿਖਾ ਤਾ 87 ਕੁਛ 250 270 ਸਰ। 11 ਵਜੇ ਇੱਕ ਕਰੇਟਾ ਗੱਡੀ ਜਿਹਦੇ ਵਿੱਚ ਤੇਰੇ ਜਿਹੜੇ ਸਵਾਰ ਸੀਗੇ, ਅਤੇ ਨਵਜੋਤ ਫੈਕਟਰੀ ਦੇ ਸਾਹਮਣੇ ਗੇੜ ਜ਼ਿਆਦਾ ਸੀ ਗੱਡੀ ਦੀ, ਜਿਨ੍ਹਾਂ ਦੇ ਨਾਲ ਦੀ ਗੱਡੀ ਕੋਈ ਕ੍ਰੋਸ ਕਰਨ ਲੱਗੀ ਸੀਗੀ, ਜਿਨ੍ਹਾਂ ਨੇ ਬ੍ਰੇਕ ਮਾਰੀ, ਗੱਡੀ ਕੰਟਰੋਲ ਨਹੀਂ ਹੋਈ, ਘੁੰਮ ਕੇ ਜਿਹੜੀ ਆ ਉਹ ਡਿਵਾਈਡਰ ਦੇ ਵਿੱਚ ਖੰਭੇ ਦੇ ਨਾਲ ਟਕਰਾ ਰਹੀ ਹੈ, ਅਤੇ ਇਹਦੇ ਵਿੱਚੋਂ 2 ਮੁੰਡੇ ਜਿਹੜੇ ਆ ਜ਼ਖਮੀ ਹੋਏ ਆ, ਜਿਹੜੇ ਦੂਰ ਹੋਸਪਿਟਲ 'ਚ ਦਾਖਲ ਨੇ। ਅਤੇ ਸਰ ਇਹ ਕਿੱਥੇ ਦੇ ਰਹਿਣ ਵਾਲੇ ਹੈਗੇ ਜੀ? ਇਹ ਮੋਗੇ ਤੋਂ ਪਤਾ ਲੱਗਾ ਜੀ, ਮੋਗੇ ਤੋਂ ਬਿਲੋਂਗ ਕਰਦੇ ਆ। ਜਾਣਾ ਕਿੱਥੇ ਸੀਗਾ ਜੀ ਇਹਨਾਂ ਨੇ? ਜੰਮੂ ਜਾ ਰਿਹਾ ਸੀ।